ਦੇ ਨੇੜੇ ਜਿੰਨੇ ਵੀ ਪਿੰਡ ਨੇ ਖਾਲੀ ਕਰਵਾ ਦਿੱਤੇ ਗਏ ਨੇ। ਇਸ ਵੇਲੇ ਪਿੰਡ ਆਲੋਵਾਲ ਮੌਜੂਦ ਹਾਂ ਅਸੀਂ, ਜਿੱਥੇ ਦੀ ਤਸਵੀਰ ਆਪਣਾ ਹਾਲ ਆਪ ਬਿਆਨ ਕਰ ਰਹੀ ਹੈ। ਤਸਵੀਰਾਂ ਰਾਹੀਂ ਤੁਸੀਂ ਇਹ ਹਾਲਾਤ ਦੇਖ ਸਕਦੇ ਹੋ, ਕੁਦਰਤੀ ਕਰੋਪੀ ਜਾਂ ਫਿਰ ਇਸ ਕਹਿਰ ਨੂੰ ਤੁਸੀਂ ਦੇਖ ਸਕਦੇ ਹੋ, ਇਹ ਤਬਾਹੀ ਜਿਹੜੀ ਪਿੰਡਾਂ ਵਿੱਚ ਪਿੰਡ ਵਾਲਿਆਂ ਨੂੰ ਇਸ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ। ਪਿੰਡ ਵਾਲੇ ਇੱਥੇ ਮੌਜੂਦ ਨੇ, ਗੱਲਬਾਤ ਕਰ ਲੈਂਦੇ ਹਾਂ। ਤਕਰੀਬਨ ਕਿੰਨੇ ਵਜੇ ਦੀ ਗੱਲ ਹੈ ਜਦੋਂ ਇਹ ਬੰਨ ਟੁੱਟਿਆ? ਇਹ ਮੈਡਮ ਤਕਰੀਬਨ 4 ਵਜੇ ਦੀ ਗੱਲ ਹੈ, 4:10 ਦੇ ਇਹ ਕੰਮ ਹੋਇਆ। ਜਾਂ ਉਸ ਤੋਂ ਪਹਿਲਾਂ ਪੂਰਾ ਪਿੰਡ ਜਾਣੀ ਕਿ ਆਪਣੇ ਟਰਾਲੀਆਂ ਆਪਣੇ ਸਾਧਨ ਲੈ ਕੇ ਮਿੱਟੀ ਪਾਉਂਦੇ ਰਹੇ ਪਿੱਛੇ ਤੱਕ, ਜਾਣੀ ਕਿ ਸ਼ਾਮ 6 ਵਜੇ ਤੋਂ ਲੈ ਕੇ ਪੂਰੀ ਜਦੋਜਹਿਦ ਕਰਦੇ ਰਹੇ ਜੋ ਵੀ ਹੋਈ ਆ। ਲੇਕਿਨ ਰਾਤ 4:10 ਦੇ ਕਰੀਬ ਇਹ ਬੰਨ ਟੁੱਟ ਗਿਆ। ਕਿੰਨਾ ਕੁ ਨੁਕਸਾਨ ਦੱਸਿਆ ਜਾ ਰਿਹਾ, ਕਿੰਨੇ ਕੁ ਲੋਕਾਂ ਦੀ ਜਾਨ ਖਤਰੇ 'ਚ ਪਈ ਹੈ ਜਾਂ ਕਿੰਨਾ ਕੁ ਆਰਥਿਕ ਨੁਕਸਾਨ ਹੋਇਆ? ਮੈਡਮ ਜੀ, ਲੋਕਾਂ ਦੇ ਪਿੰਡ ਦਾ ਜਿੱਦਾਂ ਦੇਖੋ ਹੁਣ ਭੋਲੇਵਾਲ ਦੇ ਆਲੇ ਦੁਆਲੇ ਪਾਣੀ ਘੁੰਮ ਰਿਹਾ ਆ, ਆਲੋਵਾਲ ਨੂੰ ਵੀ ਖਤਰਾ ਆ, ਗਾਂ ਆਪਣੇ 5 ਢੇਰਾ ਜਗਤਪੁਰੀ ਨੂੰ ਵੀ ਖਤਰਾ ਆ, ਮੋਤੀਪੁਰ ਵੀ ਡੁੱਬ ਚੁੱਕਾ, ਹਰੀਪੁਰ ਵੀ, ਆਲੇ ਦੁਆਲੇ 10 ਪਿੰਡ ਤਾਂ ਇਸ ਟਾਈਮ ਪਾਣੀ ਦੀ ਮਾਰ ਥੱਲੇ ਆ ਚੁੱਕੇ ਨੇ। ਪਰ ਗਾਂ ਜਿਸ ਹਿਸਾਬ ਨਾਲ ਪ੍ਰਸ਼ਾਸਨ ਨੂੰ ਕੋਈ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਸਾਡੀ ਮਦਦ ਕਰੋ, ਜਿਸ ਹਿਸਾਬ ਨਾਲ ਪਾਣੀ ਚੱਲਦਾ ਰਿਹਾ 4 ਘੰਟਿਆਂ ਦੇ ਵਿੱਚ ਮੇਰੇ ਹਿਸਾਬ ਨਾਲ 25 ਜਾਂ 30 ਪਿੰਡ ਹੋਰ ਨੁਕਸਾਨ ਦੇ ਥੱਲੇ ਆ ਸਕਦੇ ਆ। ਇਹ ਸਫੈਦੇ ਅਸੀਂ ਦੇਖ ਸਕਦੇ ਹਾਂ ਕਿਸ ਤਰ੍ਹਾਂ ਗਿਰੇ, ਮਤਲਬ ਢੇਰ ਲੱਗਾ ਹੋਇਆ ਇਸ ਵੇਲੇ ਕੁਦਰਤ ਦਾ। ਖਾਰ ਦੀ ਤਸਵੀਰ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਦੇ ਹਾਂ, ਤਸਵੀਰ ਰਾਹੀਂ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਵਹਾਅ ਜਿੰਨਾ ਤੇਜ਼, ਉਨਾ ਹੀ ਖਤਰਾ ਬਣਿਆ ਹੋਇਆ ਹੈ ਇਸ ਪਿੰਡ ਦੇ ਵਿੱਚ, ਆਲੋਵਾਲ ਪਿੰਡ ਦੇ ਵਿੱਚ, ਵੱਖੋ ਵੱਖ ਪਿੰਡਾਂ ਦੇ ਵਿੱਚ, ਸੂਬੇ ਦੇ ਵੱਖੋ ਵੱਖ ਇਲਾਕਿਆਂ ਦੇ ਵਿੱਚ ਅਜਿਹੀਆਂ ਹੀ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ। ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ, ਸਹਿਮ ਦਾ ਮਾਹੌਲ ਹੈ, ਜਾਨਾਂ ਵੀ ਕਾਫੀ ਜਾਨਾਂ ਵੀ ਗਈਆਂ ਨੇ। ਪ੍ਰਸ਼ਾਸਨ ਵੱਲੋਂ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਸੀ, ਉੱਥੇ ਹੀ ਪਿੰਡ ਖਾਲੀ ਕਰਵਾਉਣ ਬਾਰੇ ਵੀ ਕਹਿ ਦਿੱਤਾ ਗਿਆ। ਨਹੀਂ ਹੈ ਨਾ, ਇੱਧਰ ਜਿਹੜੇ ਅੰਦਰਲੇ ਪਾਸੇ ਦਰਿਆ ਦੇ ਸੀਗੇ ਘਰ, ਕੋਈ ਤਕਰੀਬਨ 8-10 ਘਰ ਆ, ਉਹਨਾਂ ਦੇ ਅੰਦਰ ਜਾਣੀ ਕਿ ਪਾਣੀ ਵੜ ਗਿਆ। ਉਹਨਾਂ ਦੇ ਬੰਦੇ ਸੀਗੇ ਅੰਦਰ, ਉਹ NDRF ਦੀ ਟੀਮ ਵੱਲੋਂ ਕੱਢ ਲਏ ਗਏ, ਉਹ ਤਕਰੀਬਨ 6 ਵਜੇ ਸਵੇਰੇ ਕੱਢ ਲਏ ਗਏ, 4-5 ਬੰਦੇ ਸੀ। ਬਾਕੀ ਸਾਰਾ ਨਾਲ ਪਿੰਡ ਦੇ ਨੇ ਮਿਲ ਕੇ ਸਾਰਾ ਸਮਾਨ ਵਗੈਰਾ ਉਹਨਾਂ ਦਾ ਸਾਰਾ ਕੁਝ ਕਢਾ ਕੇ ਨਾਲ ਦੇ ਪਿੰਡ ਦੇ ਵਿੱਚ ਖਾਲੀ ਕਰਵਾ ਦਿੱਤੇ ਗਏ ਨੇ। ਹਾਂਜੀ, ਖਾਲੀ ਕਰਵਾ ਦਿੱਤੇ ਗਏ, ਇਹਨਾਂ ਨੂੰ ਆਪਣੀਆਂ ਸੁੱਖ ਸੁਵਿਧਾਵਾਂ ਤੇ ਪਹੁੰਚਾਤਾ ਗਿਆ ਆ, ਪਰ ਹਲੇ ਜਾਨ ਮਾਨ ਦਾ ਕੋਈ ਖਤਰਾ ਨਹੀਂ, ਪਰ ਆਉਣ ਵਾਲੇ ਟਾਈਮ ਤੇ ਬਹੁਤ ਵੱਡਾ ਖਤਰਾ ਹੋ ਸਕਦਾ। ਇਹ ਮੈਨੂੰ ਤੁਹਾਨੂੰ ਨਹੀਂ ਲੱਗਦਾ ਕਿ ਇਹਦੇ ਪਿੱਛੇ ਇਨਸਾਨ ਹੀ ਕਿਤੇ ਨਾ ਕਿਤੇ? ਇਨਸਾਨ ਤਾਂ ਹੈਗਾ, ਹੁਣ ਸਾਨੂੰ ਰਾਤ ਸਵੇ ਕੱਲ ਦਾ 7 ਵਜੇ ਦਾ ਬਤਾਈ ਪਾਣੀ ਆ ਗਿਆ ਜੀ। ਪਾਣੀ ਆਉਣ ਤੋਂ ਬਾਅਦ ਹੁਣ ਸਾਰੀ ਰੋਕ ਰਾਤ ਨੂੰ ਮਿੱਟੀ ਪਾਉਂਦੇ ਰਹੇ ਤੇ ਹੁਣ ਚੱਕਰ ਹੈ। ਬਾਕੀ ਉਹ ਹੁੰਦਾ ਜੀ ਵੀ ਜਾਣੀ ਕਿ ਵੀ ਹੁਣ ਜੋ ਸਵੇਰੇ 4 ਵਜੇ ਉੱਠਦਾ ਬੰਦਾ ਇਨਸਾਨ, ਉਹਨੂੰ ਪਤਾ ਹੁੰਦਾ ਜੀ ਹੁੰਦਾ ਉੱਠਦੇ ਨੂੰ, ਉਹ ਜਾ ਕੇ ਜੋ ਕੱਢੇ ਬਾਹਰ ਕੱਢ ਕੇ ਰਾਤ ਨੂੰ, ਉਹ ਦੇਖੋ ਜੀ ਹੁਣ ਦੇਖੋ ਵੀ ਇਸ ਟਾਈਮ ਅਸੀਂ ਦੇਖੋ ਤੁਸੀਂ ਵੀ ਉਹ ਦੱਸ ਰਹੇ ਹਾਂ ਤੁਹਾਨੂੰ ਵੀ ਇਹਦਾ ਕਰਕੇ ਆ ਵੀ ਪਹਿਲਾਂ ਤਾਂ ਕੁਛ ਲੋਕ ਆਪ ਭੱਜ ਗਏ ਘਰਾਂ 'ਚੋਂ ਜੀ, ਹੁਣ ਇਸ ਟਾਈਮ ਘਰਾਂ 'ਚ ਕੋਈ ਨਹੀਂ ਹੈਗਾ ਜੀ, ਹੁਣ ਤਾਂ ਕੁਛ ਜਿਹੜੇ ਆਪ ਆ ਬਸ, ਕੋਈ ਬੱਚਾ ਨਹੀਂ, ਕੋਈ ਕੋਈ ਲੇਡੀਜ਼ ਨਹੀਂ ਹੈਗੇ, ਬਾਕੀ ਸਭ ਚੱਲ ਗਏ ਘਰਾਂ 'ਚੋਂ, ਘਰਾਂ 'ਚ ਤਾਲੇ ਲੱਗੇ ਹੋਏ ਆ, ਘਰਾਂ 'ਚ ਪਾਣੀ ਪੈ ਗਿਆ ਹੁਣ ਪੂਰਾ। ਗਲੋਬਲ ਵਾਰਮਿੰਗ ਨੂੰ ਲੈ ਕੇ, ਕਲਾਈਮੇਟ ਚੇਂਜ ਨੂੰ ਲੈ ਕੇ ਹਮੇਸ਼ਾ ਹੀ ਅਲਰਟ ਦਿੱਤੇ ਜਾਂਦੇ ਨੇ। ਮੈਡਮ ਦੇਖੋ ਦਿੱਤੇ ਤਾਂ ਜਾਂਦੇ ਆ, ਪਰ ਹੁਣ ਬੰਦਾ ਕੀ ਕਰ ਸਕਦਾ, ਕੁਦਰਤ ਦੇ ਅੱਗੇ ਕੋਈ ਜ਼ੋਰ ਨਹੀਂ ਆ। ਚਲੋ ਥੋੜ੍ਹਾ ਬਹੁਤਾ ਬੰਦਾ ਵੀ ਜ਼ਿੰਮੇਵਾਰ ਇਸ ਚੀਜ਼ਾਂ ਦਾ ਹੁੰਦਾ ਵੀ ਆਪਾਂ ਨੂੰ ਇਸ ਚੀਜ਼ਾਂ ਦਾ ਖਿਆਲ ਰੱਖਣਾ ਚਾਹੀਦਾ, ਪਰ ਪ੍ਰਸ਼ਾਸਨ ਨੂੰ ਜ਼ਿਆਦਾ ਉਹਨਾਂ ਚੀਜ਼ਾਂ ਦਾ ਧਿਆਨ ਦੇਣਾ ਚਾਹੀਦਾ ਵੀ ਇਹਨਾਂ ਦੇ ਬਾਰੇ ਸਮਝਾਇਆ ਜਾਵੇ ਜਾਂ ਇਹਨਾਂ ਬਾਰੇ ਕੋਈ ਸੁਰੱਖਿਅਤ ਆਪਣੇ ਇੰਤਜ਼ਾਮ ਕੀਤੇ ਜਾਣ, ਇਹ ਪ੍ਰਸ਼ਾਸਨ ਦੀ ਜ਼ਿਆਦਾ ਜ਼ਿੰਮੇਵਾਰੀ ਆ। ਇਨਸਾਨ ਨੇ ਤਾਂ ਜੋ ਦਿਹਾੜੀ ਗੱਲ ਹੋਰ ਕਹਿਣਾ ਚਾਹੁੰਦਾ, ਦੇਖੋ ਹੁਣ ਪ੍ਰਸ਼ਾਸਨ ਵੱਲੋਂ ਤੁਹਾਨੂੰ ਪਤਾ ਇਸ ਬੰਨਾਂ ਦੇ ਉੱਤੇ ਦਰਖਤ ਬਹੁਤ ਜ਼ਰੂਰੀ ਆ, ਤੁਸੀਂ ਪਿੱਛੇ ਥੋੜ੍ਹਾ ਜਿਹਾ ਦੇਖੋ ਇਹ ਭੋਲੇਵਾਲ ਪਿੰਡ ਦੇ ਕੋਲ ਆਪਾਂ ਖੜੇ ਹਾਂ ਜਿੱਥੋਂ ਖਾਰ ਪਈ ਆ, ਆਲੋਵਾਲ ਦੇ ਮੂਹਰਿਓਂ ਦੇਖਿਓ ਤੁਸੀਂ 1 ਕਿਲੋ ਜਾਂ 1.5 ਕਿਲੋਮੀਟਰ ਦਾ ਫਾਸਲਾ ਦਰਖਤਾਂ ਦਾ ਪਿਛਲੇ 2 ਮਹੀਨਿਆਂ ਤੋਂ ਵੱਢ ਲਿਆ ਗਿਆ। ਉਹ ਕਿਉਂ ਵੱਢਿਆ ਗਿਆ? ਕਿਉਂਕਿ ਆਲੇ ਦੁਆਲੇ ਦੋਨਾਂ ਪਾਸੇ 1 ਬੰਦੇ ਦੀ ਜ਼ਮੀਨ ਲੱਗਦੀ ਆ, ਮਤਲਬ ਉਹਦਾ ਕੇਸ ਜਿੱਤਿਆ ਹੋਇਆ ਆ ਉਹ ਦਰਖਤ ਉਹਦੇ, ਪਰ ਅੱਜ ਇਹਨਾਂ ਹੱਕ ਗਲਤ ਆ ਕਿਉਂਕਿ ਦਰਖਤਾਂ ਦੇ ਨਾਲ ਹੀ ਬੰਨ ਆ, ਜੇ ਦਰਖਤ ਨਹੀਂ ਹੋਣਗੇ ਤੇ ਗਾਂ ਇਦੋਂ ਵੀ ਵੱਡਾ ਨੁਕਸਾਨ ਹੋਵੇਗਾ। ਮੈਂ ਤਾਂ ਇਹ ਚਾਹੁੰਦਾ, ਮੈਂ ਸਰਕਾਰ ਨੂੰ ਇਹੀ ਕਹਿੰਦਾ ਵੀ ਜਿਹੜਾ ਉਹ ਦਰਖਤ ਵੱਢਦਾ ਗਾਂ ਉਹਦੇ ਉੱਤੇ ਪਾਬੰਦੀ ਲਾਈ ਜਾਵੇ ਵੀ ਇਹ ਕੱਕਾ ਗਾਂ ਤੋਂ ਇਹ ਗੱਲ ਨਹੀਂ ਹੋਣੀ ਚਾਹੀਦੀ। ਤੁਸੀਂ ਦੇਖਿਆ ਹੋਣਾ ਗਾਂ ਆਪਣੇ ਕਿਲੋਮੀਟਰ ਤੇ ਜਾ ਕੇ ਦੇਖਿਓ ਤੁਸੀਂ, ਠੀਕ ਹੈ ਨਾ, ਪੱਕਾ ਆਪਣਾ ਉਹ ਦਰਖਤ ਅੱਜ ਤੋਂ ਮਹੀਨਾ ਪਹਿਲਾਂ ਹੀ ਵੱਢੇ ਗਏ ਆ, ਇਦੋਂ ਵੀ ਵੱਡੇ ਵੱਡੇ ਦਰਖਤ ਸੀ, ਬਹੁਤ ਵਧੀਆ ਦਰਖਤ ਸੀ, ਮਤਲਬ ਰਲ ਕੇ ਜਾਣੀ ਕਿ ਇਕੱਠੇ ਘੱਟੋ ਘੱਟ ਅਸੀਂ 30-40 ਟਰਾਲੀਆਂ ਲਾਈਆਂ, ਟਿੱਪਰ ਰੇਤਾ ਮਿੱਟੀ ਪਾਏ ਹੋਏ ਆ, ਤੁਸੀਂ ਦੇਖ ਕੇ ਆਏ ਲੰਘ ਕੇ
ਤੇ ਵੀ ਬਚਾਅ ਹੋ ਗਿਆ, ਨਹੀਂ ਤੇ ਇਹ ਤਾਂ 4 ਵਜੇ ਦੀ ਕੀ ਗੱਲ ਹੈ, ਉਹ ਤਾਂ ਮੇਰੇ ਹਿਸਾਬ ਨਾਲ 10 ਵਜੇ ਟੁੱਟ ਜਾਣਾ ਸੀਗਾ ਉੱਥੋਂ, ਜੇ ਪੂਰਾ ਪਿੰਡ 'ਚ ਮਿੱਟੀ ਨਾ ਪਈ। ਉੱਥੋਂ ਸਿਰਫ ਇਹ ਆ ਵੀ ਮਾੜਾ ਜਿਹਾ ਪਿੰਡ ਵਾਲਿਆਂ ਰਲ ਕੇ ਆਪਣੀ ਪੱਕੀ ਸੜਕ ਬਣਾਈ ਹੈ 3 ਕਿਲੋਮੀਟਰ, ਇਸ ਕਰਕੇ ਉਹ ਬਚਿਆ ਹੋਇਆ ਨਹੀਂ, ਜਿਸ ਹਿਸਾਬ ਨਾਲ ਦਰਖਤ ਵੱਡੇ ਆ ਉਹ 1.5 ਕਿਲੋਮੀਟਰ ਦਾ ਏਰੀਆ ਰਾਤੀ 7 ਜਾਂ 8 ਵਜੇ ਟੁੱਟ ਜਾਣਾ। ਲਗਾਤਾਰ ਖਾਰ ਇੱਥੇ ਜਿਹੜੀ ਤੁਹਾਨੂੰ ਤਸਵੀਰ ਅਸੀਂ ਦਿਖਾ ਰਹੇ ਹਾਂ, ਤਸਵੀਰ ਜਿਹੜੀ ਪਾਣੀ ਦੇ ਤੇਜ਼ ਵਹਾਅ ਦੇ ਨਾਲ ਜਿਹੜੀ ਖਾਰ ਪੈ ਰਹੀ, ਤਸਵੀਰ ਤੁਸੀਂ ਦੇਖ ਸਕਦੇ ਹੋ, ਪੇੜ ਜਿਹੜੇ ਨੇ ਡਿੱਗੇ ਹੋਏ ਨੇ ਕਿਉਂਕਿ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ। ਭਾਖੜਾ ਡੈਮ 'ਚੋਂ ਜਿਹੜੇ ਪਾਣੀ ਨੂੰ ਛੱਡਣ ਕਾਰਨ ਜਿਹੜਾ ਦਰਿਆਵਾਂ ਦਾ ਪਾਣੀ ਚੜ੍ਹ ਗਿਆ, ਪਾਣੀ ਦਾ ਵਹਾਅ ਤੇਜ਼ ਹੁੰਦਾ ਜਾ ਰਿਹਾ। ਇਸ ਤੋਂ ਬਾਅਦ ਕਈ ਪਿੰਡਾਂ ਦਾ ਆਪਸ ਵਿੱਚ ਸੰਪਰਕ ਵੀ ਟੁੱਟਦਾ ਨਜ਼ਰ ਆ ਰਿਹਾ, ਤਸਵੀਰਾਂ ਰਾਹੀਂ ਤੁਸੀਂ ਦੇਖ ਰਹੇ ਹੋ। ਪਾਣੀ ਦਾ ਇਹ ਪੱਧਰ ਵਧਣ ਨਾਲ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ, ਲੋਕਾਂ ਦੇ ਵਿੱਚ ਭਾਖੜਾ ਦੇ ਜਿਹੜੇ ਫਲੱਡ ਗੇਟ ਖੋਲ ਦਿੱਤੇ ਗਏ ਨੇ ਪ੍ਰਸ਼ਾਸਨ ਵੱਲੋਂ, ਅੱਤ ਚੌਕਸੀ ਵਰਤੀ ਜਾ ਰਹੀ ਹੈ। ਬਰਸਾਤ ਜਿਹੜੀ ਲਗਾਤਾਰ ਪਈ ਹੈ, ਉਸ ਤੋਂ ਬਾਅਦ ਤਬਾਹੀ ਦਾ ਇਹ ਦੌਰ ਜਾਰੀ ਹੈ। ਸਰਕਾਰਾਂ ਵੱਲੋਂ ਰੈੱਡ ਅਲਰਟ ਜਿਹੜਾ ਜਾਰੀ ਕਰ ਦਿੱਤਾ ਗਿਆ ਸੀ, ਸਤਲੁਜ ਦੇ ਕਿਨਾਰੇ ਜਿੰਨੇ ਵੀ ਪਿੰਡ ਵਸਦੇ ਨੇ ਉਹਨਾਂ ਨੂੰ ਇਸ ਪਾਣੀ ਦੀ ਮਾਰ ਝੇਲਣੀ ਪਈ ਹੈ, ਇਸ ਕੁਦਰਤੀ ਕਰੋਪੀ ਦੀ ਮਾਰ ਝੇਲਣੀ ਪਈ ਹੈ। ਪਿੰਡ ਖਾਲੀ ਕਰਵਾਉਣ ਦਾ ਵੀ ਹੁਕਮ ਜਿਹੜਾ ਪ੍ਰਸ਼ਾਸਨ ਵੱਲੋਂ ਦੇ ਦਿੱਤਾ ਗਿਆ ਸੀ, ਤਕਰੀਬਨ 85 ਪਿੰਡ ਖਾਲੀ ਕਰਵਾਉਣ ਦਾ ਹੁਕਮ ਦੇ ਦਿੱਤਾ ਗਿਆ ਸੀ। ਜਲੰਧਰ ਦੇ ਆਲੂਵਾਲ ਪਿੰਡ ਦੀਆਂ ਤਸਵੀਰਾਂ ਨੇ, ਵਧੇਰੇ ਅਪਡੇਟਸ ਲੈ ਕੇ ਜਲਦੀ ਹਾਜ਼ਰ ਹੋਵਾਂਗੇ, ਤੁਸੀਂ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ। ਮੈਨੂੰ ਦਿਓ ਇਜਾਜ਼ਤ, ਕੈਮਰਾਮੈਨ ਜਸਪ੍ਰੀਤ ਦੇ ਨਾਲ ਸੁਮਨ ਜੇਟਲੀ, ਡੇਲੀ ਪੋਸਟ ਪੰਜਾਬੀ, ਆਲੂਵਾਲ ਜਲੰਧਰ।